ਰਾਮਨਾਮੀ ਉਤਸਵ ਕਮੇਟੀ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੱਗ ਅਲੱਗ ਧਾਰਮਿਕ ਕਮੇਟੀਆਂ ਨੂੰ ਸਨਮਾਨਿਤ ਕੀਤਾ ਜਾਂਦਾ, ਉੱਥੇ ਅਲੱਗ ਅਲੱਗ ਸਿਆਸੀ ਪਾਰਟੀਆਂ ਵੀ ਪਹੁੰਚਦੀਆਂ ਅਤੇ ਪੰਜਾਬ ਚੇਅਰਮੈਨ ਸਾਡੇ ਨਾਲ ਮੰਗਲ ਸਿੰਘ ਬੱਸੀ ਜੀ ਬੱਸੀ ਸਾਹਿਬ, ਹਰ ਸਾਲ ਪ੍ਰਭੂ ਰਾਮ ਜੀ ਦਾ ਜੋ ਅਲੱਗ ਅਲੱਗ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਜਾਂਦਾ, ਤੁਸੀਂ ਵੀ ਪਹੁੰਚੋ ਰਾਮ ਭਗਤਾਂ ਨਾਲ। ਬਹੁਤ ਬਹੁਤ ਧੰਨਵਾਦ ਕਰਦਾ ਸ਼੍ਰੀ ਰਾਮ ਉਤਸਵ ਕਮੇਟੀ ਵੱਲ ਦਾ, ਜਿਹੜੇ ਕਿ ਧਾਰਮਿਕ ਕੰਮ ਕਰਦੇ ਆ, ਜਿਹੜੇ ਸਮਾਜ ਦੇ ਕੰਮ ਕਰਦੇ ਆ, ਪੰਜਾਬ ਹਰਿਆਣਾ ਹਿਮਾਚਲ ਦੇ ਜਿੰਨੇ ਵੀ ਲੋਕ ਹੈਗੇ ਉਹਨਾਂ ਨੂੰ ਸਨਮਾਨਿਤ ਕਰਦੇ ਆ। ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਸਨਮਾਨਿਤ ਕਰਦੇ ਤਾਂ ਉਹਨਾਂ ਦਾ ਹੌਸਲਾ ਵੱਧਦਾ ਆ ਔਰ ਉਹਨਾਂ ਨੂੰ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਆ। ਮੈਂ ਬਹੁਤ ਧੰਨਵਾਦ ਕਰਦਾ ਜੀ ਚੋਪੜਾ ਸਾਹਿਬ ਦਾ ਔਰ ਬਾਊ ਜੀ ਦਾ, ਅਵਿਨਾਸ਼ ਜੀ ਦਾ, ਸਾਰਿਆਂ ਦਾ, ਪੰਜਾਬ ਕੇਸਰੀ ਗਰੁੱਪ ਦਾ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਔਰ ਹੌਸਲਾ ਵਧਾਇਆ ਸਾਰਿਆਂ ਦਾ। ਲੋਕਾਂ ਨੂੰ ਅਪੀਲ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਂਦਾ ਇੱਕ ਦੂਸਰੇ ਦਾ ਕਿਹੜਾ ਪਿਆ ਉਹ ਨਫ਼ਰਤ ਦੇ ਵਿੱਚ ਬਣਿਆ ਜਾਂਦਾ ਪਿਆ, ਤੁਹਾਡੇ ਵੱਲੋਂ ਕੀ? ਇਹੀ ਤਾਂ ਮੈਂ ਕਹਿ ਰਿਹਾ ਕਿ ਇੱਦਾਂ ਦੇ ਇੱਕ ਪ੍ਰੋਗਰਾਮ ਹੋਣੇ ਚਾਹੀਦੇ ਆ ਕਿ ਜਿੱਥੋਂ ਭਾਈ ਏਕਤਾ ਭਾਈਚਾਰਾ ਦਿਸੇ, ਹਿੰਦੂ ਮੁਸਲਿਮ ਸਿੱਖ ਇਸਾਈ ਦੀਆਂ ਲੜਾਈਆਂ ਨਾ ਹੋਣ, ਸਮਾਂ ਏਕਤਾ ਇਕੱਠੇ ਰਹਿ ਕੇ ਜੋ ਅਸੀਂ ਕਰ ਸਕਦੇ ਹਾਂ ਉਹ ਇਕੱਲੇ ਇਕੱਲੇ ਨਹੀਂ ਕਰ ਸਕਦੇ। ਪੰਜਾਬ ਕੇਸਰੀ ਗਰੁੱਪ ਬਹੁਤ ਵਧੀਆ ਉਪਰਾਲਾ ਕੀਤਾ ਹੈ ਔਰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ। ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਚੇਅਰਮੈਨ ਸਾਹਿਬ ਦੇ ਨਾਲ, ਉਹਨਾਂ ਨੇ ਜੋ ਮੈਂ ਦੱਸਿਆ ਅੱਜ ਇੱਕ ਦੂਸਰੇ ਦੇ ਕਿਹੜਾ ਪਿਆਰ ਮੁਹੱਬਤ ਬਣਨੀ ਚਾਹੀਦੀ ਹੈ। ਕੈਮਰਾਮੈਨ ਸਾਹਿਬ ਦੇ ਨਾਲ ਸੋਨੂੰ ਮਹਾਜਨ, ਜਗਬਾਣੀ ਟੀ ਵੀ ਜਲੰਧਰ।